ਨਿਕ ਚੂਲਸ ਪਹਿਲੀ ਰਾਉਂਡ ਦਾ ਚੋਣ ਸੀਗਾ ਮੋਂਟਰੀਅਲ ਕੈਨੇਡੀਅਨਸ ਦਾ ਹੁਣ ਆ ਗਏ ਕੈਨਕਸ ਐਲੀਅਸ ਪੈਟਰਸਨ ਸਟਾਰਵਿਕ ਸ਼ਾਟ ਓਕੇ ਗੇ ਰੀਬਾਉਂਡ ਇਟ ਹਿੱਟ ਕਰ ਗਿਆ ਗੋਲ ਸੈਮ ਲਾਫਰਟੀ ਐਕਸ ਸਿਵਰ ਵੈਨਕੂਵਰ ਕੈਨਕਸ ਸੈਮ ਲਾਫਰਟੀ ਕਰ ਗਿਆ ਆਪਣਾ 8ਵਾਂ ਗੋਲ ਸੀਜ਼ਨ ਦਾ ਟਾਪ ਲਾਈਨ ਤੇ ਖੇਡ ਰਿਹਾ ਅੱਜ ਪੈਟਰਸਨ ਅਤੇ ਮਖੇਵ ਨਾਲ ਇੱਕ ਵਾਰ ਫੇਰ ਜਿੱਥੇ ਕਿ ਕੁਜ਼ਮੈਂਕੋ ਚੱਲਿਆ ਨਹੀਂ ਲੈਫਰਟੀ ਚੱਕੀ ਜਾਂਦਾ ਫਟੇ ਪੈਟਰਸਨ ਦਾ ਸ਼ਾਟ ਰੀਬਾਉਂਡ ਸਹੀ ਥਾਂ ਸਹੀ ਜਗ੍ਹਾ ਸੋ ਆਂਟੀ ਰਾਂਟਾ ਸ਼ਾਟ ਤਾਂ ਦਿਸ ਪੈਣਾ ਪਰ ਬਹੁਤ ਵੱਡਾ ਰੀਬਾਉਂਡ ਇੱਥੇ ਛੱਡਿਆ ਇਹਨੇ ਮੈਨੂੰ ਲੱਗਦਾ ਬਾਹਲੀ ਜ਼ੋਰਦਾਰ ਨਹੀਂ ਸੀਗੀ ਰਸਤਾ ਬਦਲਿਆ ਇੱਥੇ ਫਿਰ ਰੁੜ ਕੇ ਆਉਣੀ ਆ ਅਤੇ ਉਹਦੇ ਨਾਲ ਮੈਨੂੰ ਲੱਗਦਾ ਥੋੜ੍ਹਾ ਭੁਲੇਖਾ ਖਾ ਗਿਆ ਸੋ 8 ਸ਼ਾਟਾਂ 'ਤੇ ਪਹਿਲਾ ਗੋਲ ਕਰਕੇ ਇਸ ਮੁਕਾਬਲੇ ਦਾ ਵੈਨਕੂਵਰ ਕੈਨਕਸ